ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਕਰਦਾ ਜੀ ਤੁਹਾਡਾ ਸਭ ਦਾ ਸਾਡੇ ਯੂਟਿਊਬ ਚੈਨਲ 'ਤੇ। ਜਿਨ੍ਹਾਂ ਵੀਰਾਂ ਨੇ ਸਾਡੇ ਚੈਨਲ ਸਬਸਕ੍ਰਾਈਬ ਕਰਤਾ ਉਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਜਿਨ੍ਹਾਂ ਵੀਰਾਂ ਨੇ ਸਾਡੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ, ਉਹ ਥੱਲੇ ਦਿੱਤੇ ਗਏ ਰੈਡ ਕਲਰ ਦੇ ਬਟਨ ਦੱਬ ਕੇ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਜਿਹੜੀ ਪਹਿਲਾਂ ਆਈਕਨ ਹੁੰਦੀ ਆ ਉਹਨੂੰ ਵੀ ਪ੍ਰੈਸ ਕਰ ਦਿਓ, ਤਾਂ ਤੁਹਾਨੂੰ ਜਿਹੜੀ ਅਸੀਂ ਵੀਡੀਓ ਅਪਲੋਡ ਕਰਦੇ ਹਾਂ ਉਸਦੀ ਨੋਟੀਫਿਕੇਸ਼ਨ ਮਿਲਦੀ ਰਹੇ। ਬਾਕੀ ਵੀਰੇ, ਅੱਜ ਦਾ ਟੋਪਿਕ ਇਹ ਹੈ ਜਿਹੜੀ ਆਪਣੀ ਵਟਾਂ ਵਾਲੀ ਪੱਗ ਤੁਸੀਂ ਦੇਖ ਸਕਦੇ ਜੋ ਮੈਂ ਸਜਾਈ ਹੈ, ਇਹ ਪੱਗ ਜਿਹੜੀ ਤੁਹਾਨੂੰ ਮੱਧ ਦਿਖਾਉਣੀ ਹੈ। ਅਤੇ ਅਸੀਂ ਇਸ ਵਿੱਚ ਜੋ ਦੱਸਿਆ ਗਿਆ ਹੈ ਖਾਸ ਟੋਪਿਕ ਤਾਂ ਇਹ ਹੈ ਵੀਰੇ ਕਿ ਇੰਪਰੂਵਮੈਂਟ ਕਿਵੇਂ ਲਈ ਹੈ ਵਟਾਂ ਵਾਲੀ ਪੱਗ ਵਿੱਚ। ਇਹ ਪਹਿਲੀ ਗੱਲ ਤਾਂ ਵੀਰੇ ਇਹ ਹੈ ਕਿ ਜਿਹੜੀ ਆਪਣੀ ਪੱਗ ਜਿਹੜੀ ਫੁੱਲ ਵੀ ਨਹੀਂ ਆਉਂਦੀ ਹੁੰਦੀ, ਕਈ ਵੀ ਕਹਿੰਦੇ ਨੇ ਕਿ ਸਾਡੀ ਪੱਗ ਜਿਹੜੀ ਦਬੀ ਦਬੀ ਆਉਂਦੀ ਹੈ, ਉਹ ਜਿਹੜੀ ਸੋਹਣੀ ਨਹੀਂ ਲੱਗਦੀ ਫੇਸ 'ਤੇ। ਅਤੇ ਆਪਾਂ ਜਿਹੜਾ ਇਸ ਵਿੱਚ ਕੱਪੜਿਆਂ ਦਾ ਇਸਤੇਮਾਲ ਕਰ ਸਕਦੇ ਹਾਂ, ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਪੱਲੇ ਬਣਾਏ ਹੋਏ ਨੇ। ਇਹ ਕੱਪੜੇ ਜਿਹੜੇ ਆਪਣੇ ਨੇ ਪੱਗ ਬੰਨ੍ਹਦੇ ਹੋਏ ਇਸ ਦੇ ਥੱਲੇ ਰੱਖ ਸਕਦੇ ਹਾਂ ਆਪਾਂ। ਅਤੇ ਇਸ ਵਿੱਚ ਕੋਈ ਬੇਸ ਤਿਆਰ ਨਹੀਂ ਕੀਤਾ, ਸਿੰਪਲ ਮਾੜਾ ਜਿਹਾ ਪਟਕਾ ਬੰਨਿਆ ਸੀਟ ਢੱਕਣ ਲਈ। ਉਸ ਵਿੱਚ ਨਾਲ ਦੇ ਨਾਲ ਜਿਹੜੇ ਅਸੀਂ ਕੱਪੜੇ ਪਾ ਕੇ ਦਿਖਾ ਰਹੇ ਹਾਂ ਕਿ ਜਿਹੜੀ ਤੁਹਾਡੀ ਪੱਗ ਹੈ ਖੁੱਲ੍ਹੀ ਹੈ। ਬਾਕੀ ਵੀਰੇ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਨਾਲ ਹੀ ਜਿਹੜੀ ਵੀਡੀਓ ਹੈ ਉਹਨੂੰ ਲਾਈਕ ਵੀ। ਸਭ ਤੋਂ ਪਹਿਲਾਂ ਜੀ ਜਿਹੜਾ ਆਪਾਂ ਨੇ ਲਾੜਾ, ਆਪਾਂ ਨੇ ਪਹਿਲਾਂ ਇੱਕ ਲੜ ਜਿਹੜਾ ਮੂੰਹ 'ਚ ਰੱਖਣਾ ਹੁੰਦਾ, ਉਹ ਥੋੜ੍ਹਾ ਜਿਹਾ ਮੂੰਹ 'ਚ ਫੜ ਲੈਣਾ ਜਿਸ ਹਿਸਾਬ ਨਾਲ ਤੁਹਾਡਾ ਲੜ ਜਿਵੇਂ ਪੂਰਾ ਆਉਂਦਾ ਹੁੰਦਾ। ਇਸ ਪੱਗ ਦਾ ਵੀਰੇ ਬੇਸ ਆ ਜਿਹੜਾ ਤੁਸੀਂ ਦੇਖ ਸਕਦੇ ਹੋ, ਸਿੰਪਲ ਪਟਕਾ ਬੰਨਿਆ ਹੋਇਆ ਗੋਲ ਜੂੜਾ ਕਰਕੇ, ਤੁਸੀਂ ਵੀ ਇਸੇ ਤਰੀਕੇ ਨਾਲ ਬੰਨ ਸਕਦੇ ਹੋ। ਇਸ ਪੱਗ ਵਿੱਚ ਕੋਈ ਖਾਸ ਬੇਸ ਇਸ ਲਈ ਨਹੀਂ ਬਣਾਇਆ ਗਿਆ ਕਿਉਂਕਿ ਇਸ ਵਿੱਚ ਅਸੀਂ ਕੱਪੜੇ ਪਾ ਕੇ ਤੁਹਾਨੂੰ ਦਿਖਾਵਾਂਗੇ ਕਿ ਫੁੱਲ ਮੀ ਕਿਵੇਂ ਕਰੀਦੀ ਹੈ ਪੱਗ। ਪਹਿਲਾ ਲੜ ਵੀਰੇ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਾਂ ਵੱਟ ਬਣਾਉਣੇ ਨੇ, ਬਹੁਤ ਹੀ ਸਿੰਪਲ ਤਰੀਕਾ ਵੱਟ ਬਣਾਉਣ ਦਾ। ਤੁਸੀਂ ਦੇਖ ਸਕਦੇ ਹੋ ਆਪਾਂ ਨੇ ਲੜਾਂ ਨੂੰ ਹਲਕਾ ਖਿੱਚਿਆ, ਜਿਹੜੇ ਵੱਟ ਬਣ ਚੁੱਕੇ ਨੇ। ਹੁਣ ਆਪਾਂ ਨੇ ਸਿੰਪਲ ਲੜ ਜਿਹੜਾ ਹਲਕਾ ਹਲਕਾ ਵੱਟ ਫਿਰ ਬਣਾ ਬਣਾ ਕੇ ਫਿਰ ਲਾ ਦੇਣਾ ਹੈ। ਹੱਥਾਂ ਦੀ ਪੁਜੀਸ਼ਨ ਵੀਰੇ ਧਿਆਨ ਵਿੱਚ ਰੱਖਿਓ। ਇਹ ਪੱਗ ਵੀਰੇ 7.5 ਮੀਟਰ ਦੀ ਹੈ, ਰੂਬੀਆ ਕੱਪੜਾ ਵੀਰੇ ਪੱਗ ਦਾ। ਬਾਕੀ ਵਟਾਂ ਵਾਲੀ ਪੱਗ ਦੀ ਮੈਂ ਤੁਹਾਨੂੰ ਅਫੋਰਡ ਕਰਾਂਗਾ ਕਿ ਤੁਸੀਂ ਫੁੱਲ ਵੈਲ ਯੂਜ਼ ਕਰਿਆ ਕਰੋ। ਇਹ ਤਾਂ ਵਟਾਂ ਵਾਲੀ ਪੱਗ ਮੇਰੇ ਕੋਲ ਪੱਗ ਹੈ ਨਹੀਂ ਸੀਗੀ ਫੁੱਲ ਵੈਲ ਦੀ ਕੋਈ ਹੋਰ, ਤਾਂ ਜੀ ਮੈਂ ਇਹ ਰੂਬੀਆ ਬੰਨ ਕੇ ਦਿਖਾਈ ਆ। ਜੇਕਰ ਤੁਹਾਡੀ ਪੱਗ ਫੁੱਲ ਵੈਲ ਹੈ ਤੁਸੀਂ ਉਸ ਥੱਲੇ ਬੇਸ ਯੂਜ਼ ਕਰ ਸਕਦੇ ਹੋ। ਦੂਜਾ ਲੜ ਤੁਸੀਂ ਦੇਖ ਸਕਦੇ ਹੋ ਵੀਰੇ, ਆਪਾਂ ਨੇ ਪਹਿਲਾਂ ਹਲਕਾ ਜਿਹਾ ਥੱਲੇ ਰੱਖਣਾ, ਲੜ ਨੂੰ ਹਲਕੇ ਹਲਕੇ ਉੱਪਰੋਂ ਥੱਲੇ ਤੱਕ ਪੀਚ ਕਰਦੇ ਆਉਣਾ ਹੈ। ਥੱਲੇ ਜਿਹੜੇ ਲੜ ਜੇ ਬਣੇ ਹੋਣਗੇ ਉਸਨੂੰ ਪਿੱਛੇ ਵੱਲ ਨੂੰ ਫੋਲਡ ਕਰਨਾ ਹੈ। ਫਿਰ ਤੁਸੀਂ ਦੇਖ ਸਕਦੇ ਹੋ ਵੱਟ ਜਿਹੜੇ ਆਪਣੇ ਆਪੇ ਹੀ ਕ੍ਰੀਏਟ ਹੋ ਜਾਣਗੇ। ਉਸ ਤੋਂ ਬਾਅਦ ਹਲਕਾ ਹਲਕਾ ਆਪਾਂ ਨੇ ਹੱਥ ਫੇਰਨਾ। ਇਹ ਵੱਟ ਕ੍ਰੀਏਟ ਕਰਨ ਦਾ ਵੀਰੇ ਸਭ ਤੋਂ ਸੌਖਾ ਤਰੀਕਾ ਹੈ, ਤੁਸੀਂ ਪੂਰੇ ਯੂਟਿਊਬ 'ਤੇ ਦੇਖ ਸਕਦੇ ਹੋ, ਇਹ ਤਰੀਕਾ ਕਿਤੇ ਵੀ ਨਹੀਂ ਬਣਾਇਆ ਗਿਆ। ਇਸ ਵਿੱਚ ਤੁਸੀਂ ਕੁਛ ਵੀ ਕਰਨ ਦੀ ਲੋੜ ਨਹੀਂ ਪਈ, ਤੁਹਾਨੂੰ ਸਿੰਪਲ ਤਰੀਕੇ ਨਾਲ ਜਿਹੜੇ ਵੱਟ ਪੈ ਰਹੇ ਨੇ। ਬਾਕੀ ਜਿਹੜੇ ਵੀ ਵੀਡੀਓ ਦੇਖ ਰਹੇ ਨੇ, ਵੀਡੀਓ ਨੂੰ ਪੂਰਾ ਦੇਖਿਆ ਕਰੋ, ਵੀਡੀਓ ਨੂੰ ਸਕਿੱਪ ਨਾ ਕਰਿਆ ਕਰੋ, ਕਿਉਂਕਿ ਸਕਿੱਪ ਕਰਨ ਨਾਲ ਜਿਹੜੀ ਸਾਡੀ ਟਿਪਸ ਹੁੰਦੀਆਂ ਨੇ ਅਸੀਂ ਬੋਲ ਕੇ ਦੱਸਦੇ ਹਾਂ, ਤੁਹਾਨੂੰ ਸਮਝ ਨਹੀਂ ਲੱਗਦੀ ਅਤੇ ਤੁਹਾਡੀ ਇੰਪਰੂਵਮੈਂਟ ਜਿਹੜੀ ਪੱਗ ਵਿੱਚ ਨਹੀਂ ਆਉਂਦੀ। ਇਹ ਵੀਡੀਓ ਬਣਾਉਣ ਦਾ ਸਾਡਾ ਮੇਨ ਮੋਟਿਵ ਇਹੀ ਹੈ ਕਿ ਜਿਹੜੀ ਵਟਾਂ ਵਾਲੀ ਪੱਗ ਵਿੱਚ ਇੰਪਰੂਵਮੈਂਟ ਹੈ ਜਿਹੜੀ ਕਿਵੇਂ ਲੈ ਕੇ ਆਈਏ। ਇੰਪਰੂਵਮੈਂਟ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਪੱਗ ਦੀ ਸ਼ੇਪ ਹੈ ਐਂਡ ਵਿੱਚ ਜਾ ਕੇ ਤੁਸੀਂ ਦੇਖਿਓ, ਜਿਹੜੀ ਪੱਗ ਦੀ ਸ਼ੇਪ ਹੈ ਉਹ ਬਹੁਤ ਵਧੀਆ ਬਣ ਚੁੱਕੀ ਹੋਵੇਗੀ। ਜੇਕਰ ਤੁਸੀਂ ਵੀ ਇਹੀ ਤਰੀਕੇ ਨਾਲ ਪੱਗ ਅਪਣਾਓਗੇ ਜਾਂ ਇਹੀ ਪੱਗ ਯੂਜ਼ ਕਰੋਗੇ, ਤੁਹਾਡੀ ਵੀ ਪੱਗ ਜਿਹੜੀ ਆ ਇੰਪਰੂਵ ਹੋ ਜਾਏਗੀ। ਵੱਟ ਤੁਸੀਂ ਦੇਖ ਸਕਦੇ ਹੋ ਵੀਰੇ, ਹਲਕਾ ਹਲਕਾ ਪਿੰਚ ਕਰਕੇ ਲੜ ਨੂੰ ਅਤੇ ਥੱਲੇ ਵੱਲ ਦੱਬ ਲੈਣਾ, ਫਿਰ ਉੱਪਰੋਂ ਦੀ ਲੜ ਜਿਹੜਾ ਬਣ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ, ਲੜ ਜਮਾਂ ਹੀ ਸਾਫ਼ ਹੋ ਚੁੱਕਾ ਹੈ। ਇਹਦੇ ਥੱਲੇ ਜਿਹੜੇ ਵੱਟ ਬਣੇ ਹੋਏ ਨੇ ਉਹਨਾਂ ਨੂੰ ਆਪਾਂ ਨੇ ਕੱਢਣਾ ਹੈ, ਤੁਸੀਂ ਦੇਖ ਸਕਦੇ ਹੋ। ਕਈ ਵੀਰ ਵੱਟ ਤਾਂ ਬਣਾ ਲੈਂਦੇ ਨੇ ਪਰ ਬਾਅਦ ਜਦੋਂ ਲੜ ਸਾਫ਼ ਹੋ ਜਾਂਦਾ ਹੈ ਉਹ ਇੱਦਾਂ ਹੀ ਲਾ ਦਿੰਦੇ ਨੇ, ਉਹ ਜਿਹੜੇ ਵੱਟ ਜਿਹੜੇ ਨਹੀਂ ਬਣਦੇ। ਤੁਸੀਂ ਦੇਖ ਸਕਦੇ ਹੋ ਵੱਟ ਬਣਾਉਣ ਲਈ ਆਪਾਂ ਨੂੰ ਹਲਕੇ ਹਲਕੇ ਲੜ ਨੂੰ ਥੱਲੇ ਵੱਲ ਨੂੰ ਖਿੱਚਣਾ ਪੈਂਦਾ ਹੈ ਤਾਂ ਜਿਹੜੇ ਵੱਟ ਬਣਦੇ ਨੇ। ਹੁਣ ਵੀਰੇ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਲੜ ਵਿੱਚ ਡੈਂਟ ਪੈ ਚੁੱਕਾ ਹੈ, ਇਸ ਵਿੱਚ ਆਪਾਂ ਨੇ ਹੁਣ ਜਿਹੜਾ ਕੱਪੜਾ ਪਾਉਣਾ ਹੈ ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਪਾਉਣਾ ਹੈ। ਪਹਿਲਾਂ ਆਪਾਂ ਨੇ ਸਿੰਪਲ ਆ ਲੜ ਵਿੱਚ ਮੂੰਹ 'ਚ ਰੱਖ ਲੈਣਾ ਅਤੇ ਜਿਹੜਾ ਦੇਖੋ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਛੋਟਾ ਜਿਹਾ ਕੱਪੜਾ ਹੈ ਉਹ ਲੜ ਵਿੱਚ ਪਾਉਣਾ ਹੈ। ਤੁਸੀਂ ਦੇਖ ਸਕਦੇ ਹੋ ਵੀਰੇ ਜਿਹੜਾ ਡੰਟ ਹੈ ਉਹ ਕਾਫ਼ੀ ਤਕਰੀਬਨ ਜਿਹੜਾ ਠੀਕ ਹੋ ਚੁੱਕਾ ਹੈ। ਹੁਣ ਜਿਹੜਾ ਬਾਕੀ ਕੱਪੜਾ ਬਚਦਾ ਇਹਨੂੰ ਪਿੱਛੇ ਵੱਲ ਨੂੰ ਫੋਲਡ ਕਰ ਲੈਣਾ। ਇਹ ਵੀਰੇ ਜਿਹੜੇ ਪੱਗ ਫੁੱਲਵੀਂ ਕਰਨ ਦਾ ਅਤੇ ਵੱਟ ਬਣਾਉਣ ਦਾ ਸਭ ਤੋਂ ਸੌਖਾ ਤਰੀਕਾ ਹੈ। ਬੇਸ ਬਣਾ ਕੇ ਜਿਹੜੇ ਆਪਾਂ ਫੁੱਲਵੀਂ ਪੱਗ ਲਿਆਉਂਦੇ ਹਾਂ ਉਹ ਥੋੜ੍ਹੀ ਸ਼ੇਪ ਹੋਰ ਤਰ੍ਹਾਂ ਆਉਂਦੀ ਹੈ। ਇਹ ਜਿਹੜੀ ਸ਼ੇਪ ਹੈ ਇਹ ਰਫਲੀ ਹੈ ਜੀ, ਜਿਹੜੀ ਵਟਾਂ ਵਾਲੀ ਪੱਗ ਰਫਲੀ ਹੈ, ਇਸ ਵਿੱਚ ਵੱਟ ਜਿਵੇਂ ਵੀ ਪਾ ਸਕਦੇ ਹੋ ਤੁਸੀਂ, ਬਾਜ ਦੀ ਮਦਦ ਤੁਸੀਂ ਲੈ ਸਕਦੇ ਹੋ, ਵੱਟ ਬਣਾਉਣ ਲਈ ਹੱਥਾਂ ਦੀ ਵੀ ਮਦਦ ਲੈ ਸਕਦੇ ਹੋ। ਹੱਥ ਨਾਲ ਜਿਹੜੇ ਆਪਾਂ ਲੜ ਕੱਢਣੇ ਨੇ, ਜਿਹੜੇ ਸਿਲਾਈ ਨਾਲ ਆਪਾਂ ਨੇ ਲੜ ਜਿਹੜੇ ਅੰਦਰ ਵੱਲ ਨੂੰ ਖਿੱਚਣੇ ਨੇ। ਆਪਣੇ ਜਿਹੜੇ ਪੱਗ ਦੇ ਵੀਰੇ 3 ਲੜ ਪੈ ਚੁੱਕੇ ਨੇ, ਹੁਣ ਆਪਾਂ ਚੌਥਾ ਲੜ ਪਾਉਣ ਜਾ ਰਹੇ ਹਾਂ। ਬਾਜ ਜਿਹੜਾ ਵੀਰੇ ਆਪਾਂ ਅੰਦਰ ਨੂੰ ਪਾਰ ਵੱਲ ਨੂੰ ਖਿੱਚਣਾ, ਇਹਦੇ ਨਾਲ ਜਿਹੜੀ ਆਪਣੇ ਪੱਗ ਦੇ ਵੱਟ ਨੇ ਉਹ ਸਹੀ ਹੋ ਜਾਂਦੇ ਨੇ ਅੰਦਰ ਨੂੰ। ਚੌਥਾ ਲੜਾ ਜਿਹੜਾ ਵੀਰੇ ਉਹ ਵੀ ਉਸ ਤਰੀਕੇ ਨਾਲ ਜਿਹੜਾ ਆਪਾਂ ਨੇ ਇੱਧਰਲੀ ਸਾਈਡ ਤੋਂ ਰੱਖ ਲੈਣਾ ਹੈ।
राइट साइड पे जो अपना चौथा लड़ होता है देख सकते वीरे जो बट आप कि बना रहे हैं ये पग की पूनी की वीडियो भी अभी जल्दी थोड़े अगे लैके हाजिर होवे तुम देख सकते वीरे चौथा लड़ है अपना इस बीच सब तो ज़्यादा बट पा के दिखावे जोड़े वट अगों चुलते होंगे ने जड़ तो अपने अगे वाले दब लेने जोड़े वट उपर ना फिसलन जी पग की शेप है वो वजिए बनी रहे बाकी वीर जे भी साड़ी वीडियो देख रहे हैं हाले तक जो साढ़े चैनल सबसक्राइब नहीं किया तो थले दिए गए रेड कलर के बटन दब के चैनल सबसक्राइब कर दो ते नाल ही बैल आइकन प्रेस कर दो जो अभी कोई वीडियो अपलोड करा थोड़ा उसकी नोटिफिकेशन आप मिलती रहेगी इस होगा कि थोड़ा पता लग जाएगा कि जी वीडियो अपलोड की है देख सकते वीर सिलाई की मदद ना जो अपने वट ने वाइया बन चुके हैं ये अपनी पग का जो चौथा लड़ है इस बीच अपने लड़ जो बट जो सब तो वध बनाए ने बाकी जी पग चुंजू वालों होंगी वो नाल दब दया करो ता थोड़ी पग जी बाद चुंजू से ना आए क्योंकि हूँ जो चुंजू वाला पेंट है वो चला गया पहला जी चुंजी पग भी वजिए लगती हूँ पता वाली पग भी चुंजू वजिए नहीं लगती चुंजू वाली पग भी होंगी है वो सैमी पटाशी पग होंगी है ये जी अगर सैमी पटाशाही नहीं अगर सिंपल बटा वाली पग है सैमी बटा वाली भी होंगी एक वट वीरे तुम देख सकते हो हत्या अपने किमें पिंच करने हूँ अपने जोड़ा वीरे लड़ जा बार में कट लेना है तुम देख सकते हो उंगल पा के मेरे लड़ने बार में खिंचना होर फुलमी होगी पग हूँ अपने पंजवा लड़ लाना है वीरे नाले कई वीर के जोड़े कमेंट आए थे मैनू कि साढ़े जोड़े वट ने मूरों मूरों बन जाते हैं पिछों जाके खराब हो जाते हैं तुम ये पग की जी देख सकते हो हर एक लड़ जो हड़ा हर एक वट बनया हुआ वो जोड़ा जड़ तो लैके एंड तक बनया हुआ जो तुम भी इस तरीके वट पाओगे तो थोड़े भी उम्मीद करते हैं जोड़े वट ने वो जोड़े शुरू तो लैके एंड तक जोड़े ठीक रहने देख सकते जो अपना फालतू कपड़ा होंगे अपने थले वालों खिंच लेना है तो कन्न जो बार कट लेना ता थो बाद सिर दुखन की या कन्न दुखन की प्रॉब्लम ना आए उस तो बाद पंजवा लड़ देखो कि पाँना है कहना हल्का अपने लड़ में फोल्ड करना है उस तो बाद थले वालों खिंचते जाना है पिंच कर करके अपने जोड़े वट बार कट लेने कई वीर जोड़े पिंच नहीं करते लड़न तो उन्होंने वट जोड़े बनते नहीं वो लड़ में साफ ही ला देंगे ने तो जोड़े वट नहीं बनते बाकी वीरे तुम कमेंट बॉक्स में सू कुछ भी पूछ सकते हो जो थोड़ा पग के रिलेटड या कोई भी चीज़ रिलेटड कुछ भी क्वेश्चन हो गए दिमाग में असं हर एक बंद का ही जरूर रिप्लाई करा नाले अगे भी हर एक का किया जी अज भी अगे भी करा तुम देख सकते हो जो अपने वट ने वो हाले तक बने नहीं अपना हाथ नाल बनाने ने तुम देख सकते हो अपने हल्का हल्का लड़न खिंचते आना है इस तो एक होर सौखा तरीका होंगे वट पाउन का वट थोड़े जोड़े वीरे थोड़े लिए थोड़ा औखा होएगा मेरे लिए मेरे अकॉर्डिंग वो सौखा है मैं थोड़ा ये जो तरीका है तो दसाया गया है कि आप दोनों तरीके दसता कि आवाज भी मार सकते हैं सिलाई भी वो भी मार हाथ नाल भी कर सकते हैं हम थोड़े अकॉर्डिंग है तुम किमें चाहो वो वट पा सकते हो सिलाई नाल भी बना सकते हो हाथों भी बना सकते हो दोनों चीज़ों बन जाएंगे देखो वीरे जो आवाज मारा आवाज ना आप जो कपड़ा अंदर इकट्ठा हो जाता वो बाहर कट लेना है दूजे लड़ च पहले लड़ च डेंट सी वो भी क्लीयर हो जाएगा इस नाल बाकी वीरे जी तुम कपड़े की भी मदद लै सकते हो जो थोनू दसिया स्टार्टिंग वीडियो के भी जोड़े अपने अच्छे कपड़े पा पा के थोड़ा दसना है कि पग जी फुलमी किमें करनी है बेस बना के वीरे हर एक ने दसया हुआ है कि जोड़ा आप कपड़े नाल किसी ने दसा ता दसा थोड़ा कपड़े नाल कि पा के फुलमी किमें करिए मैं भी जिमें मेरे घर पग बंदा मटा वाली मेरे अकॉर्डिंगली जो कपड़ा पा के जी पग फुलमी कर सौखा तरीका है क्योंकि पग बनते बनते भी तुम पा सकते हो पग बन तो बाद भी पा सकते हो तुम देख सकते हो अपने चौथा जो पंजवा लड़ लाल है ये थले अपने जोड़ा ब्लैक कलर का कपड़ा यूज किया है वो तुम इस पा सकते हो देख सकते हो हाथ ना अपने उन कपड़े अंदर धकेल के पग जी होर फुलमी कर ली है जेकर तुम चाहो इस तो व्डा कपड़ा भी यूज कर सकते हो थोड़ी पग के अकॉर्डिंग है जो थोड़ी पग थोड़ी घट फुलमी है तो तुम ज़्यादा कपड़ा यूज कर सकते हो
ਬਾਕੀ ਵੀਰ ਹੁਣ ਜਿਹੜਾ ਆਪਾਂ ਨੇ 6ਵਾਂ ਲੜ ਲਾਉਣਾ ਹੈ, ਤੁਸੀਂ ਦੇਖ ਸਕਦੇ ਹੋ ਜਿਹੜਾ ਆਪਾਂ ਨੇ 5ਵਾਂ ਲੜ ਇੱਧਰਲੀ ਸਾਈਡ ਤੋਂ ਰਾਈਟ ਸਾਈਡ ਤੋਂ ਲਾਇਆ ਸੀਗਾ, ਸਾਫ ਲੜਾਂ ਵਾਲੀ ਸਾਈਡ ਤੋਂ, ਉਹਦੇ ਨਾਲ ਹੀ ਆਪਾਂ ਨੇ ਇੱਕ ਉਂਗਲ ਦਾ ਗੈਪ ਦੇ ਕੇ ਲਾਉਣਾ ਹੈ। ਬਾਕੀ ਵੀਰ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ। ਤੁਹਾਡੇ ਲਈ ਅੱਗੋਂ ਤੁਹਾਡੇ ਜਿਹੜੇ ਵੀ ਡਿਮਾਂਡ ਦੇ ਟੋਪਿਕ ਹੋਵੇਗਾ ਅਸੀਂ ਉਸ 'ਤੇ ਲੈ ਕੇ ਆਵਾਂਗੇ। ਦੇਖ ਸਕਦੇ ਵੀਰੇ ਜਿਹੜਾ ਆਪਾਂ 6ਵਾਂ ਲੜਾ ਇਸ ਵਿੱਚ ਵੀ ਵੱਟ ਬਣਾਉਣੇ ਨੇ, ਤੁਸੀਂ ਚਾਹੋ ਤਾਂ ਇਸ ਨੂੰ ਸਾਫ਼ ਕਰਕੇ ਵੀ ਲਗਾ ਸਕਦੇ ਹੋ ਜੇ ਤੁਸੀਂ ਪੱਗ ਥੋੜ੍ਹੀ ਜ਼ਿਆਦਾ ਫੁੱਲਵੀਂ ਚਾਹੁੰਦੇ ਹੋ, ਬਟ ਮੇਰੇ ਅਕੋਰਡਿੰਗਲੀ ਵੀਰੇ ਮੈਂ ਜ਼ਿਆਦਾ ਵੱਟ ਬਣਾਉਣਾ ਚਾਹੁੰਦਾ ਹਾਂ ਤਾਂ ਮੈਂ ਇਸ ਨੂੰ ਜਿਹੜਾ 6ਵੇਂ ਲੜ ਵਿੱਚ ਵੀ ਵੱਟ ਪਾਵਾਂਗਾ। ਤੁਸੀਂ ਵੀ ਪਾ ਸਕਦੇ ਹੋ ਚਾਹੋ, ਜੜ ਚੋਂ ਆਪਾਂ ਲੜ ਨੂੰ ਸਾਫ਼ ਕਰ ਲੈਣਾ ਅਤੇ ਐਂਡ 'ਚ ਜਾ ਕੇ ਵੱਟ ਬਣਾ ਲੈਣੇ। ਬਾਕੀ ਵੀਰੇ ਵੀਡੀਓ ਬਣਾਉਣ ਦਾ ਜਿਹੜਾ ਆਪਣਾ ਮੇਨ ਮੋਟਿਵ ਇਹੀ ਸੀਗਾ, ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਕਿ ਜਿਹੜੀ ਵਟਾਂ ਵਾਲੀ ਪੱਗ ਆਪਾਂ ਪਾਉਂਦੇ ਹੁੰਦੇ ਹਾਂ, ਕਈ ਵੀਰਾਂ ਨੂੰ ਜਿਹੜੀ ਪੱਗ ਵਿੱਚ ਫੁੱਲਵੀਂ ਕਰਨ ਦੀ ਜਿਹੜੀ ਅਸਲੀ ਗੱਲ ਨਹੀਂ ਪਤਾ ਹੁੰਦੀ, ਤੁਸੀਂ ਵੀ ਜਿਵੇਂ ਵੀਰੇ ਮੈਂ ਆਪਣਾ ਜਿਵੇਂ ਤਰੀਕਾ ਅਪਣਾਉਂਦਾ ਹਾਂ ਤੁਸੀਂ ਵੀ ਇਹ ਤਰੀਕਾ ਅਪਣਾ ਕੇ ਦੇਖਿਓ। ਉਮੀਦ ਹੈ ਵੀਰੇ ਤੁਹਾਡੀ ਵੀ ਜਿਹੜੀ ਪੱਗ ਹੈ ਫੁੱਲਵੀਂ ਆਉਣੀ ਸਟਾਰਟ ਹੋ ਜਾਏਗੀ, ਅਤੇ ਵੀਰੇ ਜਿਹੜੇ ਅਸੀਂ ਵੱਟ ਬਣਾਉਂਦੇ ਹਾਂ ਤੁਸੀਂ ਵੀ ਇਹ ਤਰੀਕੇ ਨਾਲ ਬਣਾ ਕੇ ਦੇਖਿਓ, ਤੁਹਾਡੇ ਵੀ ਜਿਹੜੇ ਵੱਟ ਵਧੀਆ ਤਰੀਕੇ ਨਾਲ ਪੈਣੇ ਵਧੀਆ ਲੱਗਣਗੇ। ਹੁਣ ਤੁਸੀਂ ਦੇਖ ਸਕਦੇ ਹੋ ਜਿਹੜੇ ਆਪਣੇ 6 ਲੜਨੇ, ਜਿਹੜੇ ਮਤਲਬ ਲਾਸਟ ਲੜ ਲੱਗ ਚੁੱਕਾ ਹੈ, ਹੁਣ ਆਪਾਂ ਨੇ ਕਲਗੀ ਵਾਲਾ ਲੜਾਉਣਾ ਹੈ। ਉਸ ਤੋਂ ਪਹਿਲਾਂ ਆਪਾਂ ਜਿਹੜੀ ਪੱਗ ਦੀ 6 ਬਣਾ ਲੈਣੀ ਹੈ ਤਾਂ ਜੋ ਬਾਅਦ ਵਿੱਚ ਤੁਹਾਨੂੰ ਦਿੱਕਤ ਨਾ ਆਵੇ। ਪੱਗ ਜਿਹੜੀ ਆਪਾਂ ਨੇ ਹਲਕੀ ਜਿਹੀ ਅੱਗੋਂ ਦਬਾ ਲੈਣੀ ਹੈ, ਦਬਾਉਣ ਨਾਲ ਵੀਰੇ ਪੱਗ ਇਹ ਹੋ ਜਾਏਗਾ ਜਿਹੜੀ ਪੱਗ ਚੁੰਝ ਵਿੱਚ ਨਹੀਂ ਆਊਗੀ। ਚੁੰਝ ਵਿੱਚ ਪੱਗ ਜਿਵੇਂ ਤੁਹਾਨੂੰ ਪਹਿਲਾਂ ਵੀ ਦੱਸਿਆ ਉਹ ਅੱਜ ਕੱਲ੍ਹ ਟ੍ਰੈਂਡ ਨਹੀਂ ਰਿਹਾ। ਜਿਹੜੇ ਆਪਣੇ ਵੱਟ ਜੜ ਚੋਂ ਨੇ ਉਹ ਸਾਫ਼ ਕਰਕੇ ਅੰਦਰ ਵੱਲ ਨੂੰ ਕਰ ਲੈਣੇ ਨੇ ਤਾਂ ਜੋ ਬਾਹਰ ਨੂੰ ਹੁਣ ਨਾ ਨਿਕਲਣ। ਬਾਕੀ ਤੁਸੀਂ ਦੇਖ ਸਕਦੇ ਵੀ ਜਿਹੜੀ ਆਪਣੀ ਪੱਗ ਦੀ ਸ਼ੇਪ ਹੈ ਉਹ ਜਿਹੜੀ ਆ ਬਣ ਕੇ ਤਿਆਰ ਹੋ ਚੁੱਕੀ ਹੈ। ਹੁਣ ਆਪਾਂ ਨੇ ਜਿਹੜਾ ਕਲਗੀ ਵਾਲਾ ਲੜ ਲਾਉਣਾ ਹੈ, ਕਲਗੀ ਵਾਲਾ ਲੜ ਲਾਉਣ ਲਈ ਆਪਾਂ ਨੇ ਪਹਿਲਾਂ ਜਿਹੜਾ ਲੜ ਹੈ ਉੱਪਰਲਾ ਪੱਲਾ ਹੈ ਜਿਹੜਾ ਉਸਨੂੰ ਉੱਪਰ ਹੀ ਰਹਿਣ ਦੇਣਾ, ਜਿਹੜਾ ਥੱਲੇ ਵਾਲਾ ਪੱਲਾ ਹੈ ਉਸਨੂੰ ਪਹਿਲਾਂ ਅੰਦਰ ਵੱਲ ਨੂੰ ਫੋਲਡ ਕਰਕੇ ਉੱਪਰ ਨੂੰ ਚੱਕਣਾ ਹੈ, ਦੋ ਹੱਥਾਂ ਦੀ ਮਦਦ ਤੁਸੀਂ ਲੈ ਸਕਦੇ ਹੋ। ਉਸ ਤੋਂ ਬਾਅਦ ਜਿਹੜਾ ਆਪਣਾ ਪਿੱਛੇ ਵਾਲਾ ਲੜ ਹੈ ਉਸਨੂੰ ਹਲਕਾ ਬੈਂਡ ਦੇ ਕੇ ਪਿੱਛੋਂ ਦੀ ਲੜ ਨੂੰ ਸਾਫ਼ ਕਰਕੇ ਸਾਈਡ ਵੱਲ ਨੂੰ ਦੇਖੋ ਜੀ ਥੱਲੇ ਨੂੰ ਖਿੱਚ ਕੇ ਮੋਟੇ ਵਾਲਾ ਪਾਸਾ ਉੱਪਰ ਕਰ ਦੇਣਾ ਹੈ, ਪਤਲਾ ਪਾਸਾ ਥੱਲੇ ਕਰਦਿਆਂ ਹੋਇਆਂ ਜਿਵੇਂ ਤੁਹਾਡੀ ਪੱਗ ਦੇ ਅਕੋਰਡਿੰਗ ਸ਼ੇਪ ਬਣਦੀ ਹੈ ਉਸ ਹਿਸਾਬ ਨਾਲ ਤੁਸੀਂ ਲੜ ਬਣਾ ਸਕਦੇ ਹੋ। ਕਲਗੀ ਲੜ ਵੀਰੇ ਜਿਹੜਾ ਆਪਣਾ ਲਾਉਣਾ ਹੈ ਇਹਦੇ ਨਾਲ ਤੁਹਾਡੀ ਪੱਗ ਦੀ ਜਿਹੜੀ ਸ਼ੇਪ ਹੈ ਉਹ ਹੋਰ ਵਧੀਆ ਹੋ ਜਾਵੇਗੀ। ਜੇਕਰ ਤੁਹਾਡਾ ਜਿਹੜਾ ਕਲਗੀ ਲੜ ਲਾਉਣ ਵੇਲੇ ਜੇ ਇੱਥੇ ਡੈਂਟ ਪੈ ਜਾਂਦਾ ਹੈ ਤੁਸੀਂ ਇਸ 'ਚ ਕੱਪੜਾ ਇਸਤੇਮਾਲ ਕਰ ਸਕਦੇ ਹੋ, ਅਸੀਂ ਉਸ 'ਤੇ ਵੀ ਇੱਕ ਵੀਡੀਓ ਬਣਾਵਾਂਗੇ, ਜਲਦੀ ਤੁਹਾਡੇ ਅੱਗੇ ਉਸ 'ਤੇ ਵੀ ਇੱਕ ਵੀਡੀਓ ਲੈ ਕੇ ਆਵਾਂਗੇ। ਕਮੈਂਟ ਵਿੱਚ ਤੁਸੀਂ ਦੱਸ ਸਕਦੇ ਹੋ ਕਿ ਸਾਨੂੰ ਅਸੀਂ ਕਿਹੜੇ ਟੋਪਿਕ 'ਤੇ ਵੀਡੀਓ ਅਪਲੋਡ ਕਰੀਏ। ਬਾਕੀ ਜਿਵੇਂ ਤੁਹਾਡੀ ਡਿਮਾਂਡ ਹੋਏਗੀ ਅਸੀਂ ਉਵੇਂ ਅੱਗੋਂ ਅਪਲੋਡ ਕਰਦੇ ਰਹਾਂਗੇ। ਕਲਗੀ ਲੜ ਵਿੱਚ ਪਹਿਲਾਂ ਆਪਾਂ ਨੇ ਹਲਕੇ ਹਲਕੇ ਵੱਟ ਬਣਾ ਲੈਣੇ ਨੇ, ਤੁਸੀਂ ਦੇਖ ਸਕਦੇ ਹੋ ਜਿਹੜੇ ਆਪਾਂ ਕਲਗੀ ਲੜ ਹੈ ਉਹ ਇਸ ਤਰੀਕੇ ਨਾਲ ਲਿਆ ਕੇ ਪਹਿਲਾਂ ਅੱਗੇ ਨੂੰ ਕਰ ਲੈਣਾ ਹੈ, ਜਿਹੜਾ ਤੁਹਾਡਾ ਲੜ ਜਿਹੜਾ ਟੇਢਾ ਜਿਹਾ ਕਰਕੇ ਲਾਉਣਾ ਹੈ। ਜਿਹੜਾ ਆਪਣਾ ਫਾਲਤੂ ਲੜ ਬਚਿਆ ਹੁੰਦਾ ਹੈ ਵੀਰੇ ਕਲਗੀ ਲੜ ਵਿੱਚ ਉਹ ਆਪਾਂ ਨੇ ਅੰਦਰ ਵੱਲ ਨੂੰ ਧੱਕ ਦੇਣਾ ਹੈ ਤਾਂ ਇਹ ਤੁਹਾਡੀ ਪੱਗ ਜਿਹੜੀ ਫੁੱਲਵੀਂ ਸ਼ੇਪ ਹੋਰ ਹੋ ਜਾਵੇ। ਤੁਸੀਂ ਦੇਖ ਸਕਦੇ ਜਿਹੜੀ ਆਪਣੀ ਵਟਾਂ ਵਾਲੀ ਪੱਗ ਹੈ ਬਹੁਤ ਵਧੀਆ ਸ਼ੇਪ ਵਿੱਚ ਤਿਆਰ ਹੋ ਚੁੱਕੀ ਹੈ। ਇਹ ਪੱਗ ਦਾ ਕੱਪੜਾ ਵੀਰੇ 7.5 ਮੀਟਰ ਹੈ, ਰੁਪਿਆ ਕੱਪੜਾ ਵੀਰੇ ਇਹਦਾ। ਤੁਸੀਂ ਫੁੱਲ ਵੈਲ ਵੀ ਯੂਜ਼ ਕਰ ਸਕਦੇ ਹੋ, ਮੇਰੇ ਅਕੋਰਡਿੰਗਲੀ ਫੁੱਲ ਵੈਲ ਜ਼ਿਆਦਾ ਵਧੀਆ ਪੱਗ ਆਉਂਦੀ ਆ, ਵਟਾਂ ਵਾਲੀ ਪੱਗ ਵਿੱਚ ਫੁੱਲ ਵੈਲ ਜਿਹੜੀ ਸ਼ੇਪ ਵਧੀਆ ਆ ਜਾਂਦੀ ਹੈ। ਪੱਗ ਪੀਨਾ ਵੀ ਲਗਾ ਸਕਦੇ ਹੋ ਵੀਰੇ ਤੁਸੀਂ ਚਾਹੋ, ਵੈਸੇ ਮੈਨੇ ਪੱਗ ਪੀਨਾ ਜਿਹੜੀਆਂ ਨਹੀਂ ਯੂਜ਼ ਕੀਤੀਆਂ ਕਿਉਂਕਿ ਮੇਰਾ ਪੱਗ ਦਾ ਜਿਹੜਾ ਲੜ ਸੀਗਾ ਉਹ ਜ਼ਿਆਦਾ ਵੱਡਾ ਆਇਆ ਹੋਇਆ ਸੀ। ਹੁਣ ਆਪਾਂ ਨੇ ਜਿਹੜਾ ਵੀਰੇ ਸੀ ਢੱਕਣਾ ਹੈ, ਸੀ ਢੱਕਣ ਦਾ ਵੀਰੇ ਸੌਖਾ ਹੀ ਤਰੀਕਾ ਹੈ, ਤੁਹਾਨੂੰ ਪਤਾ ਹੀ ਹੈ, ਪਹਿਲਾਂ ਆਪਾਂ ਨੇ ਲੜ ਨੂੰ ਹਲਕਾ ਜਿਹਾ ਖਿੱਚਣਾ ਹੈ, ਉਸ ਤੋਂ ਬਾਅਦ ਹਲਕਾ ਹਲਕਾ ਅੰਦਰ ਨੂੰ ਕਵਰ ਕਰਦੇ ਜਾਣਾ ਹੈ ਆਪਣੀ ਸ਼ੇਪ ਦੇ ਅਕੋਰਡਿੰਗ, ਉਸ ਤੋਂ ਬਾਅਦ ਜਿਹੜਾ ਲੜ ਪੈਂਚ ਪਿੱਛੋਂ ਲਈ ਖਿੱਚ ਕੇ ਅੰਦਰ ਨੂੰ ਕਰ ਦੇਣਾ ਹੈ। ਇਹ ਜਿਹੜਾ ਵੀਰੇ ਸਭ ਤੋਂ ਸੌਖਾ ਤਰੀਕਾ ਹੈ ਇੱਕ ਤਰ੍ਹਾਂ ਦਾ ਸੀ ਢੱਕਣ ਦਾ। ਤੁਸੀਂ ਦੇਖ ਸਕਦੇ ਜਿਹੜੇ ਆਪਣੇ ਪਿੱਛੇ ਵਾਲੇ ਲੜ ਜਿਹੜੇ ਸਾਫ਼ ਨਹੀਂ ਕੀਤੇ, ਇਸਦਾ ਇਹੀ ਮਤਲਬ ਹੈ ਕਿਉਂਕਿ ਵੀਰੇ ਇਹ ਵਟਾਂ ਵਾਲੀ ਪੱਗ ਸਿੰਪਲ ਵਟਾਂ ਵਾਲੀ ਪੱਗ ਹੈ, ਇਸ ਵਿੱਚ ਜੇ ਤੁਸੀਂ ਲੜ ਨਹੀਂ ਸਾਫ਼ ਕਰੋਗੇ ਤਾਂ ਜ਼ਿਆਦਾ ਵੈਸੇ ਬਿਹਤਰ ਹੈ। ਜਿਹੜੀ ਆਪਣੀ ਸੈਮੀ ਵਟਾਂ ਵਾਲੀ ਹੁੰਦੀ ਹੈ ਉਸ ਵਿੱਚ ਆਪਾਂ ਲੜ ਜਿਹੜੇ ਉਹ ਬਿਲਕੁਲ ਸਾਫ਼ ਕਰ ਦਿੰਦੇ ਹਾਂ ਤਾਂ ਜੋ ਵਧੀਆ ਵੀ ਲੱਗਦੀ ਹੈ। ਬਾਕੀ ਤੁਸੀਂ ਜੇ ਪੱਗ ਟੇਢੀ ਹੋਵੇ ਉਹਨੂੰ ਸਿੱਧੀ ਕਰ ਸਕਦੇ ਹੋ ਹਲਕਾ ਇੱਧਰ ਨੂੰ ਖਿੱਚ ਕੇ,
ਤੇ ਇਹ ਸਿਲਾਈ ਵੀਰੇ ਮੈਂ ਮਾਤਾ ਮਾਰ ਰਿਹਾ ਕਿ ਤੁਹਾਡਾ ਜਿਹੜਾ ਜੇ ਪੱਗ ਟਾਈਟ ਹੋਵੇ ਤਾਂ ਉਹਨੂੰ ਢਿੱਲੀ ਕਰ ਸਕਦੇ ਹਾਂ ਇਸ ਅਕੋਰਡਿੰਗ, ਤੁਹਾਡਾ ਜਿਹੜਾ ਸੀ ਦਰਦ ਨਹੀਂ ਹੋਵੇਗਾ। ਬਾਕੀ ਵੀਰੇ ਆਪਾਂ ਨੇ ਵਿਸ਼ੇ ਵਾਲੇ ਲੜ ਨੂੰ ਅੰਦਰ ਨੂੰ ਕਰ ਲੈਣਾ ਹੈ। ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ ਪੱਗ ਹੈ ਉਹ ਜਿਹੜੀ ਤਕਰੀਬਨ ਕਿ ਬਿਲਕੁਲ ਹੀ ਕੰਪਲੀਟ ਹੋ ਚੁੱਕੀ ਹੈ ਵਧੀਆ ਸ਼ੇਪ ਵਿੱਚ। ਪਿੱਛੋਂ ਵੀ ਤੁਸੀਂ ਦੇਖ ਸਕਦੇ ਹੋ ਵੀਰੇ ਜਿਹੜੇ ਆਪਣੇ ਲੜ ਨੇ ਆਪਾਂ ਚੰਗੀ ਤਰ੍ਹਾਂ ਸਾਫ਼ ਨਹੀਂ ਕੀਤੇ। ਬਾਕੀ ਵੀਰੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।